ਦੇਖ ਲਓ ਬਈ, ਬਾਹਰਮੁਖੀ ਭਗਤੀ ਵਿੱਚ ਮਨ ਇਸਦਾ ਸਾਥ ਦਿੰਦਾ ਹੈ, ਇਤਨੀ ਮਿਹਨਤ ਕਰਦਾ ਹੈ, ਪਰ ਇੱਧਰ ਫਕੀਰਾਂ ਦੇ ਕਹੇ ਮੁਤਾਬਕ ਅੰਦਰ ਬੈਠ ਕੇ ਭਜਨ ਨਹੀਂ ਕਰ ਸਕਦਾ। ਦੇਖੋ ਬਈ, ਮੱਕੇ ਮਦੀਨੇ ਜਾਏਂਗੇ, ਅਮਰਨਾਥ ਕੀ ਯਾਤਰਾ ਕਰੇਂਗੇ, ਵਹਾਂ ਕਿਤਨਾ ਜੋਖਮ ਲੇਤੇ ਹੈ, ਜਗਨਨਾਥ ਕੀ ਯਾਤਰਾ ਕਰੇਂਗੇ, ਗ੍ਰੰਥ ਸ਼ਾਸਤਰ ਪੜ੍ਹੇਂਗੇ, ਪਰ ਅੰਦਰ ਬੈਠ ਕੇ ਸਿਮਰਨ ਨਹੀਂ ਕਰਤਾ। ਇਹ ਆਸਾਨ ਸੇ ਆਸਾਨ ਤਰੀਕਾ ਹੈ, ਇਸ ਤਰ੍ਹਾਂ ਤੋਂ ਮਨ ਚਲਤਾ ਹੀ ਨਹੀਂ ਹੈ, ਇਹ ਮਨ ਮੈਲਾ ਇੱਕ ਨਾਤਿਆ ਹੈ, ਸਿਮਰਨ ਕਾ ਤੋ ਨਾਮ ਲੇਤੇ ਬਸ ਹੀ ਆਉਣ ਲੱਗ ਜਾਤੀ ਹੈ। ਹਾਂਜੀ, ਅਗਰ ਇੰਨੀ ਮਿਹਨਤ ਇੱਧਰ ਕਰੇ ਤਾਂ ਪਤਾ ਨਹੀਂ ਕੀ ਬਣ ਜਾਏ। ਹਾਂ, ਅੱਗੇ ਜਲਦੀ ਜਲਦੀ ਚਾਹ ਪੀਓ ਅਤੇ ਕੰਮ ਨਿਬੇੜੋ, ਬੇਈਮਾਨੋ ਜਿੰਨਾ ਹੋਏ ਆਪਣਾ ਵਕਤ ਸੇਵਾ ਸਿਮਰਨ 'ਚ ਲਾਇਆ ਕਰੋ, ਇਹ ਕੀਮਤੀ ਟਾਈਮ ਹੈ, ਦੁਬਾਰਾ ਨਹੀਂ ਮਿਲਣਾ। ਫਕੀਰਾਂ ਦੇ ਬਾਅਦ ਸਭ ਨੂੰ ਮਾਇਆ ਘੇਰੇਗੀ, ਜਿਸ ਦੀ ਜਿੰਨੀ ਜ਼ਿਆਦਾ ਭਗਤੀ ਅਤੇ ਸੇਵਾ ਹੈ ਉਸ ਨੂੰ ਉਨੀ ਮਾਇਆ ਜ਼ਿਆਦਾ ਤੰਗ ਕਰੇਗੀ। ਮਸਤਾਨਾ ਜੀ ਤਾਂ ਮੈਂ ਕੁਛ ਨਾ ਕੁਛ ਹਾਂ, ਮੇਰੀ ਪੂਜਾ ਕਰੋ। ਹਾਂ, ਦੁਬਾਰਾ ਬੋਲ। ਹਾਂਜੀ, ਜਲਦੀ ਜਲਦੀ ਚਾਹ ਪੀਓ ਅਤੇ ਕੰਮ ਨਿਬੇੜੋ, ਬੇਈਮਾਨੋ ਜਿੰਨਾ ਹੋਏ ਆਪਣਾ ਵਕਤ ਸੇਵਾ ਸਿਮਰਨ 'ਚ ਲਾਇਆ ਕਰੋ, ਇਹ ਕੀਮਤੀ ਟਾਈਮ ਹੈ, ਦੁਬਾਰਾ ਨਹੀਂ ਮਿਲਣਾ। ਫਕੀਰਾਂ ਦੇ ਬਾਅਦ ਸਭ ਨੂੰ ਮਾਇਆ ਘੇਰੇਗੀ, ਜਿਸ ਦੀ ਜਿੰਨੀ ਜ਼ਿਆਦਾ ਭਗਤੀ ਅਤੇ ਸੇਵਾ ਹੈ ਉਸ ਨੂੰ ਉਨੀ ਹੀ ਮਾਇਆ ਜ਼ਿਆਦਾ ਤੰਗ ਕਰੇਗੀ।